ਜੀ ਅਸਲਾਮ ਵਾਲੇਕੁਮ ਸਰ ਜੀ ਵਾਲੇਕੁਮ ਸਲਾਮ ਅੱਛਾ ਸਰ ਸਾਨੂੰ ਦੱਸੋ ਕਿ ਜਿਹੜਾ ਗੰਦਮ ਸਿੱਟਿਆ ਦੇ ਬਾਅਦ ਗੰਦਮ ਨੂੰ ਖਾਦ ਪਾਣਾ ਜ਼ਰੂਰੀ ਹੈ ਕਿਆ ਬਿਸਮਿਲ੍ਲਾਹ ਰਹਿਮਾਨ ਰਹੀਮ ਅਗਰ ਗੰਦਮ ਨੂੰ ਫਾਸਫੋਰਸ ਖਾਦ ਜਿਹੜੀ ਆ ਡੀਏਪੀ ਪਈਆਂ ਨੇ ਜਾਂ ਪੋਟਾਸ਼ ਵੀ ਪਈ ਹੈ ਔਰ ਉਹਦੇ ਤੇ ਨਾਈਟ੍ਰੋਜਨ ਖਾਦ ਅੱਗੇ ਇਸਤੇਮਾਲ ਹੋ ਚੁੱਕੀਆਂ ਨੇ ਉਹਦੇ ਬਾਅਦ ਔਰ ਫਸਲ ਜਿਹੜੀ ਸਾਡੀ ਗੰਦਮ ਦੀ ਉਹ ਹਰੀ ਭਰੀ ਹੈ ਹੈਲਦੀ ਹੈ ਤੰਦਰੁਸਤ ਹੈ ਉਹਦੇ ਤੇ ਖਾਦ ਬਿਲਕੁਲ ਨਹੀਂ ਪਾਉਣੀ ਚਾਹੀਦੀ ਉਹ ਖਾਦ ਪਾਇਆ ਉਹ ਗੰਧਮ ਦੀ ਫਸਲ ਹੈ ਜਿਹੜੀ ਕੱਦ ਕਰੇ ਦੀ ਜਿੰਦੇ ਨਾਲ ਨਾ ਉਹ ਹੁੰਦਾ ਡਿੱਗਣ ਦਾ ਖਤਰਾ ਅਲਬੱਤਾ ਜਿਹੜੇ ਰੇਤਲੀ ਇਲਾਕੇ ਨੇ ਜਾਂ ਦਰਿਆਈ ਇਲਾਕੇ ਨੇ ਉਹਨਾਂ ਦੇ ਵਿੱਚ ਇਹ ਖਾਦ ਤੁਸੀਂ ਇਸਤੇਮਾਲ ਕਰ ਸਕਦੇ ਜੇ ਜਾਂ ਦੂਸਰੀਆਂ ਸਪਰੀਮਾਂ ਵੀ ਨਿਕਲੀਆਂ ਨੇ ਇਹਨਾਂ ਦੀ ਕਿਸਮ ਦੀਆਂ ਉਹ ਇਸਤੇਮਾਲ ਕਰ ਸਕਦੇ ਕਿਉਂ ਨੂੰ ਜ਼ਰੂਰਤ ਰਹਿੰਦੀ ਹੈ ਗੁਜ਼ਾਰਦੀ ਉਹ ਸਿਰਫ ਦੇ ਰੇਤਲੀ ਇਲਾਕਿਆਂ ਚ ਜਾਂ ਦਰਿਆਈ ਇਲਾਕਿਆਂ ਵਾਲੇ ਇਹਦਾ ਇਸਤੇਮਾਲ ਤੁਸੀਂ ਖਾਦ ਦਾ ਕਰ ਸਕਦੇ ਜੇ ਨਾਈਟ੍ਰੋਜਨ ਦਾ ਆਜੇ ਜਿਹੜੇ ਪੰਜਾਬ ਦੇ ਵਿੱਚ ਦਰਖੇਰ ਜ਼ਮੀਨਾਂ ਨੇ ਮੈਦਾਨੀ ਇਲਾਕੇ ਨੇ ਔਰ ਉਹ ਫਸਲਾਂ ਹਰੀਆਂ ਬਰੀਆਂ ਨੇ ਤੰਦਰੁਸਤ ਨੇ ਉਹਨਾਂ ਨੂੰ ਖਾਦਾਂ ਤੇ ਪोटाश ਪਈ ਹੈ ਫਾਸਫਰ استعمال ਹੋਈ ਹੈ ਨਾਈਟ੍ਰੋ ਪਈ ਉਹਦੇ ਤੇ ਬਿਲਕੁਲ ਨਹੀਂ ਖਾਦ ਦੇ ਉੱਤੇ ਛੱਟਾ ਮਾਰਨਾ ਚਾਹੀਦਾ ਤੇ ਇਹ ਇhtiyat ਕਰਨੀ ਚਾਹੀਦੀ ਕਿਉਂ ਖਾਦ ਜੀ ਨਾਈਟ੍ਰੋਜਨ ਦਾ ਮਕਸਦ ਇਹ ਹੁੰਦਾ ਹੈ ਨਾ ਕਾਦ ਵਧਾਉਣਾ ਔਰ ਇਹਨੂੰ ਸਾਵਾ ਤੇ ਹਰਿਆ ਕਰਨਾ ਹੋਰ ਇਹਦਾ ਕੋਈ ਮਤਲਬ ਨਹੀਂ ਹੈਗਾ ਤੇ ਜਿਹੜੇ ਰੇਤਲੇ ਇਲਾਕੇ ਨੇ ਉਹਦੇ ਚੇ ਨੂੰ ਇਸਤੇਮਾਲ ਤੁਸੀਂ ਕਰ ਸਕਦੇ ਜੀ ਸਾਹਿਬ ਜੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ